ਪਾਇਆ ਵਾ ਝੱਖੜ ਵਾਲੇ ਦੇ ਲੋਕ ਕਣਕ ਸਰਮਾਂ ਸਰਮਾਂ ਜੀਆਂ ਵੱਢ ਕੇ ਬਰਸੀਨਾ ਸਿਰ 'ਤੇ ਲਈ ਉਹ ਮੱਲਾ ਕਿੱਥੇ ਜਾਣਾ ਜੀਤ ਹੋ ਜਾਣਾ ਕੋਈ 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 ਟਾਵਲੇ ਵਸਾ ਆ ਗਿਆ ਆ ਗਿਆ ਆ ਗਿਆ ਮੇਰੇ ਹਰੇ ਤੀਰ ਨੂੰ ਮੈਂ ਰਹਿ ਗਈ ਉੱਥੇ ਮੈਂ ਰਹਿ ਗਿਆ ਤੀਰ ਨੂੰ ਕੋਈ ਫਿਰ ਹਾਂ ਖਾਲੀ ਕੁੱਟ ਕੱਟ ਕੇ ਗਿਆ ਕੁੱਟ ਕੱਟ ਕੇ ਠਾਈ ਜੀ ਭਾਈ ਫਿਰ ਮੈਂ ਉਹਨੂੰ ਫੁੱਫੜ ਆ ਗਿਆ ਮੂਹਰੇ ਉਹ ਬਾਜ ਹੋ ਜਾ ਖਾ ਰੋਟੀ ਭੁੱਖਾ ਸੀਗਾ ਕਾਲ ਜਿਹਾ ਖਾਇ ਖਤਮ ਤੜਕੇ ਦਾ ਪਾਣੀ ਨਾ ਧਾਣੀ ਕਿਤੇ ਰਾਹ 'ਚ ਪੀਤਾ ਹੋ ਬਣਾ ਉੱਟਾ ਉਹਦੀਆਂ ਦੋ ਰੋਟੀਆਂ ਤੁਰੇ ਜਾਂਦੇ ਕਿਤੇ ਫੁਰਕੀ ਖਾ ਲਈ ਦੋ ਰੁੱਖ ਨੇ ਖਾ ਹੋ ਗਿਆ ਰੋਜ਼ ਮਾਣੀ ਉਹਦੀਆਂ ਘਿਓ ਪੂ ਲਾ ਕੇ ਪਕਾਈਆਂ ਹੋਈ ਭਾਈ ਇਹ ਤਾਂ ਹੁਣ ਨਹੀਂ ਫਿਰ ਕੀ ਡਰਨਾ ਸੀ ਉਹ ਤਿੰਨ ਕੁ ਖੋ ਵਾਰ ਰਹੀ ਸੀ ਝਾਈ ਵੱਡੀ ਰਾਤ ਨੂੰ ਭਾਈ ਜਾ ਕੇ ਕਹਿੰਦੀ ਕਿਉਂਕਿ ਸੀ ਭਾਈ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿੱਥੇ ਪਏ ਡਿੱਗ ਪਿਆ ਅਗਲੇ ਦਿਨ ਸੁੱਤਾ ਉਹ ਦਿਨ ਛੱਡ ਤੀਏ ਦਿਨ ਚੌਥੇ ਦਿਨ ਭੂਆ ਦੀ ਇਹਨੂੰ ਮੋਟਰ ਚੜ੍ਹਾ ਆਈਏ ਮੋਟਰ ਨੂੰ ਵੀ ਉਹਨੂੰ ਉਦੋਂ ਮੇਰੇ ਖਿਆਲ ਗੇਟ ਉਹਦੇ 12 ਕੰਨੇ ਲੋਕ ਜੇ ਆਉਂਦੇ ਦਿਸਣ ਉਹ ਤਾਂ ਹੌਲੀ ਹੋ ਜਾ ਜਦੋਂ ਕੋਈ ਦਿਸੇ ਜੇ ਨਾ ਭੱਜਦਾ 2:30 ਵਜੇ ਨੂੰ ਪਿੰਡ ਆ ਗਿਆ ਨਾ ਵੀ ਮੋਟਰ ਚੜਾਇਆ ਸੀ ਮੈਂ ਨਾ ਭੱਜ ਕੇ ਮੋਟਰਾਂ 'ਚ ਆਇਆ ਉਹ ਬੁੜੀਆਂ ਕਹਿੰਦੀਆਂ ਹੁੰਦੀਆਂ ਤਾਂ ਹੈ ਜਵਾਕ ਭੱਜ ਕੇ ਆ ਫਲਾਨਾ ਕਰੇ ਸਕਿਆਈਆਂ ਸਕਿਆਈਆਂ ਬਹੁਤ ਜਿਹੜੀ ਉਹਦੇ ਜ਼ਮਾਨੇ ਚੰਗੇ ਸਾਰੀ ਰੋਟੀ ਵੀ ਕੰਮ ਕਰਦੀ ਅੰਨ ਸੀ ਨਾ ਉਹ ਵਾਹੀ ਜਾਂਦੇ ਵਾਹੀ ਜਾਂਦੇ ਅੱਜ ਕੱਲ੍ਹ ਅੱਗੇ ਦਿੰਦੇ ਬਹੁਣ ਮੰਜਰ ਪਏ ਹੁੰਦੇ ਬਹੁਣ ਵਾਹੀ ਜਾਂਦੇ ਬੁੜੇ ਆ ਗਿਆ ਸੌਣ ਭਾਤਾਂ 'ਚ ਫਿਰ ਲੋਕਾਂ ਨੇ ਮੀਂਹ ਹਟ ਜਾਣਾ ਲੋਕਾਂ ਨੇ ਕਹਿਣਾ ਗਿੱਲ ਟੂਰੀ ਹੋਏ ਫਿਰ ਸੁਹਾਗ ਕੇ ਰੱਖਣੇ ਬਾਹਰ ਜਿੰਨਾ ਬਾਹਣ ਬਹੁਣ ਉਨੇ ਸੁਹਾਗਾ ਫਿਰ ਆਏ ਨਾ ਅੱਸੂ ਅੱਸੂ ਵਿੱਚ ਵੀ ਤੇਲ ਪੈਂਦੀ ਬਾਹਰ ਚਿੱਟੀ ਧਰਤੀ ਅਤੇ ਸੁੱਕੀ ਥੱਲੇ ਬਾਹਣਾ ਐਂ ਦੇਖਣਾ ਵੀ ਐਂ ਗੜਾ ਬਣ ਜਾਣਾ ਹੋਣਗੇ ਤਾਂ ਹਰੇ ਪਿੰਨੀ ਬਣਦੀ ਹੈ ਇਹ ਸਰਦਾਰ ਜੀ ਜੇ ਸੁਹਾਗਣੀ ਦੂਸਰਾ ਸੁਹਾਗਾ ਮਾਂ ਪਹਿਲਾਂ ਐਂ ਫਿਰ ਮਾਂ ਨਾ ਫਿਰ ਐਂ ਕਰਕੇ ਮੈਂ ਸਲਾਬ ਆਈ ਪਈ ਸੀ ਤਾਂ ਦਿਲ ਤਾਂ ਲੱਗ ਜਾਂਦੀ ਹੈ ਫਿਰ ਬੀਜ ਦੇ ਦਾਣੇ 5-7 ਸੌ ਛੋਲੇ ਕਣਕ ਉਹ 15 ਦਾ ਜਿਹੜਾ ਫੁਰਦੇ ਐਡੇ ਡੂੰਘੇ ਬੀਜ ਹੌਲੀ 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 ਸਰੋਂ ਉਹਦਾ ਅੱਸੂ ਪੱਤਾ ਮੱਕਰ ਪੋ ਬਾਲ ਕੰਕਣ ਕੇ ਪੰਜਾਂ ਮਹੀਨਿਆਂ 'ਚ ਪੱਕਦੀ ਲੜਾ ਕੇ ਜੇ ਰੋਟੀ ਖਾਦਾ ਬਸ ਰੋਟੀ ਕਿਹੋ ਜਿਹਾ ਬਦਾਮ ਖਾ ਲਈ ਇਹ ਰੋਟੀ ਖਾਦੀ ਦੋਵਾਂ ਮਹੀਨਿਆਂ 'ਚ ਫਸਲ ਪੱਕਦੀ ਹੈ ਦੁੱਧ 'ਚ ਦਮ ਨਹੀਂ ਪਾਣੀ 'ਚ ਦਮ ਨਹੀਂ ਮੈਨੂੰ ਆਤਾ ਦਿੰਦੇ ਨਾ